ਅੱਜ ਦਾ ਦਿਨ ਪੰਜਾਬ ਦੀ ਸਿਆਸਤ ਵਿੱਚ ਕਾਫੀ ਗਰਮਾਇਆ ਰਿਹਾ ਕਿਉਂਕਿ ਅੱਜ ਤਿਕੋਣਾ ਮੁਕਾਬਲਾ ਹੋਇਆ। ਇੱਕ ਪਾਸੇ ਅਕਾਲੀ ਦਲ ਦੇ ਗੜ੍ਹ ਲੰਬੀ ਵਿੱਚ ਕੈਪਟਨ ਨੇ ਰੈਲੀ ਕੀਤੀ, ਦੂਜੇ ਪਾਸੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਅਕਾਲੀ ਦਲ ਨੇ ਪਟਿਆਲਾ ਵਿੱਚ ਮੋਰਚਾ ਲਾਇਆ ਅਤੇ ਉੱਧਰ ਬਰਗਾੜੀ ਵਿੱਚ ਇਹਨਾਂ ਦੋਹਾਂ ਰਵਾਇਤੀ ਅਤੇ ਟਕਸਾਲੀ ਸਿਆਸੀ ਪਾਰਟੀਆਂ ਨੂੰ ਆਪਣਾ ਜ਼ੋਰ ਦਿਖਾਉਣ ਲਈ ਸਿੱਖ ਜਥੇਬੰਦੀਆਂ ਨੇ ਆਪਣਾ ਮੋਰਚਾ ਲਾਇਆ। ਖੈਰ, ਪੰਜਾਬ ਦੇ ਇਸ ਸਿਆਸੀ ਮਾਹੌਲ ਬਾਰੇ ਗੱਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਚਰਚਾ ਕਰਦੇ ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਵਿੱਚ, ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਨੂੰ ਜੰਮ ਕੇ ਕੋਸਿਆ ਅਤੇ ਵਾਅਦਾ ਕੀਤਾ ਹੈ ਕਿ ਉਹ ਰਿਪੋਰਟ ਦੇ ਆਧਾਰ ਉੱਤੇ ਦੋਸ਼ੀਆਂ ਨੂੰ ਨਹੀਂ ਬਖਸ਼ਣਗੇ। ਇਲੈਕਸ਼ਨਾਂ ਦੇ ਦੌਰਾਨ ਜ਼ਰੂਰ